ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇੱਥੇ ਤੂਫਾਨ ਨੇ ਮਚਾਈ ਵੱਡੀ ਤਬਾਹੀ ਬੱਤੀ ਵੀ ਹੋਈ ਗੁੱਲ ਹੋ ਜਾਵੋ ਸਾਵਧਾਨ ਸੋ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਦੇਖੋ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸੋ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਪੰਜਾਬ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਰਾਤ ਤੇਜ਼ ਹਵਾਵਾਂ ਤੇ ਤੂਫਾਨ ਨੇ ਸੂਬੇ ਦੇ ਵਿੱਚ ਭਾਰੀ ਤੂਫਾਨੀ ਮਚਾ ਦਿੱਤੀ ਹਨੇਰੀ ਝੱਖੜ ਦੇ ਨਾਲ ਭਾਰੀ ਬਾਰਸ਼ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੇ ਖੰਭਿਆਂ ਦਰਖਤਾਂ ਨੂੰ ਪੁੱਟ ਸੁੱਟਿਆ ਜਿਸ ਕਾਰਨ ਕੱਲ ਰਾਤ ਤੋਂ ਹੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਬਿਜਲੀ ਗੋਲਾ ਕੁਝ ਜ਼ਿਲ੍ਹਿਆਂ ਵਿੱਚ ਸਮਗਰੀ ਦੀ ਘਾਟ ਕਾਰਨ ਸਪਲਾਈ ਬਹਾਲ ਕੀਤੀ ਜਾਣੀ ਅਜੇ ਵੀ ਬਾਕੀ ਆ ਮੁਹਾਲੀ ਪਟਿਆਲਾ ਸੰਗਰੂਰ ਬਠਿੰਡਾ ਜਿਹੇ ਜ਼ਿਲ੍ਹਿਆਂ ਤੇ ਫਤਿਹਗੜ੍ਹ ਸਾਹਿਬ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਤੋਂ ਬਾਅਦ ਬਿਜਲੀ ਪ੍ਰਭਾਵਿਤ ਹੋਈ ਆ ਮਰਿੰਡਾ ਚਮਕੌਰ ਸਾਹਿਬ ਦੇ ਆਸ-ਪਾਸ ਦੇ ਸੈਂਕੜੇ ਪਿੰਡਾਂ ਵਿੱਚ ਤੂਫਾਨ ਦੇ ਨਾਲ ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ ਰਹੀ ਆ ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਾਮ ਤੱਕ ਮਰਿੰਡਾ ਤੇ ਚਮਕੌਰ ਸਾਹਿਬ ਕਸਬਿਆਂ ਦੇ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਦੀ ਕੋਸ਼ਿਸ਼ ਕਰਨਗੇ ਸਾਰੇ ਪ੍ਰਭਾਵਿਤ ਇਲਾਕਿਆਂ ਦੀ ਸਪਲਾਈ ਬਹਾਲ ਕਰਨ ਦੇ ਵਿੱਚ ਘੱਟੋ-ਘੱਟ 24 ਘੰਟੇ ਲੱਗ ਜਾਣਗੇ ਚੰਡੀਗੜ੍ਹ ਦੇ ਵਿੱਚ ਰਾਤ ਨੂੰ ਆਏ ਤੂਫਾਨ ਦੇ ਕਾਰਨ ਸ਼ਹਿਰ ਦਾ ਬਹੁਤ ਨੁਕਸਾਨ ਹੋਇਆ ਥਾਂ-ਥਾਂ ਤੇ ਰੁੱਖ ਪੁੱਟੇ ਗਏ ਕਈ ਥਾਵਾਂ ਤੇ ਰੁੱਖ ਵਾਨਾਂ ਦੇ ਉੱਪਰ ਡਿੱਗ ਪਏ ਸੋ ਜਿਸ ਕਰ ਮਾਨਵੀ ਨੁਕਸਾਨੇ ਗਏ ਹਨ ਬਿਜਲੀ ਵੀ ਖਰਾਬ ਹੋਣ ਕਾਰਨ ਕੁਝ ਖੇਤਰਾਂ ਵਿੱਚ ਅਜੇ ਵੀ ਬੱਤੀ ਗੋਲਾ ਹਾਲਾਂਕਿ ਅੰਤਵਾਰ ਸਵੇਰੇ ਸ਼ਹਿਰ ਦਾ ਮੌਸਮ ਕਾਫੀ ਸਾਫ਼ ਅਤੇ ਧੁੱਪ ਲੱਗੀ ਹੋਈ ਹੈ ਸੋ ਰਾਤ ਜਿਹੜੇ ਨੁਕਸਾਨ ਹੋਇਆ ਉਹ ਬਹੁਤ ਹੀ ਡਰਾਉਣੇ ਸੀ ਸੋ ਤਕਰੀਬਨ 11:00 ਵਜੇ ਦੇ ਕਰੀਬ ਰਾਤ ਮੌਸਮ ਬਦਲ ਗਿਆ ਤੇਜ਼ ਹਵਾਵਾਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਤੂਫਾਨ ਨੇ ਸ਼ਹਿਰ ਦੇ ਵਿੱਚ ਗਾਹ ਪਾ ਦਿੱਤਾ ਸੋ ਤਬਾਹੀ ਮਚਾਣੀ ਸ਼ੁਰੂ ਕਰ ਦਿੱਤੀ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ ਇਸ ਤੋਂ ਬਾਅਦ ਭਾਰੀ ਬਾਰਿਸ਼ ਵੀ ਸ਼ੁਰੂ ਹੋ ਗਈ ਮੌਸਮ ਵਿਭਾਗ ਦੇ ਅਨੁਸਾਰ ਦੇਰ ਰਾਤ 12 ਵਜੇ ਤੱਕ 31 ਮਿਲੀਮੀਟਰ ਬਾਰਿਸ਼ ਹੋਈ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਤੂਫਾਨ ਨੇ ਲੋਕਾਂ ਦੀਆਂ ਮੁਸੀਬਤਾਂ ਨੂੰ ਹੋਰ ਵਧਾ ਦਿੱਤਾ ਸੋ ਵੱਖ-ਵੱਖ ਸੈਕਟਰਾਂ ਦੇ ਵਿੱਚੋਂ ਸਾਡੇ ਕੋਲ ਰਿਪੋਰਟਸ ਪਹੁੰਚੀਆਂ ਨੇ ਕਿ ਦਰਖਤ ਡਿੱਗਣ ਨਾਲ ਬਹੁਤ ਜ਼ਿਆਦਾ ਵਾਹਨਾ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਸੋ ਅਗਲੇ 24 ਤੋਂ 48 ਘੰਟਿਆਂ ਦੌਰਾਨ ਰੁਕ-ਰੁਕ ਕੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਦਿੱਤੀ ਗਈ